ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਅੰਮ੍ਰਿਤਸਰ ਦੀ ਮਸ਼ਹੂਰ ਨਿਊਟਰੀ, ਇਹਨੂੰ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਅੱਗੇ ਵੀਡੀਓ 'ਚ ਬਣੇ ਰਹੇ ਜੀ। ਆਓ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਰੈਸਪੀ ਨੂੰ ਬਣਾਉਣਾ। ਨਿਊਟਰੀ ਬਣਾਉਣ ਵਾਸਤੇ ਇੱਥੇ ਆਪਾਂ ਲਈ ਜੇ 150 ਗ੍ਰਾਮ ਨਿਊਟਰੀ ਲਈ ਹੈ। ਤੁਸੀਂ ਕੋਈ ਵੀ ਨਿਊਟਰੀ ਲੈ ਸਕਦੇ ਹੋ, ਮੋਟੀ ਨਿਊਟਰੀ ਚਾਹੇ ਬਰੀਕ ਨਿਊਟਰੀ। ਆਪਾਂ ਇੱਥੇ ਲਈ ਹੈ ਥੋੜ੍ਹੀ ਜਿਹੀ ਬਰੀਕ ਨਿਊਟਰੀ। ਸਭ ਤੋਂ ਪਹਿਲਾਂ ਆਪਾਂ ਨਿਊਟਰੀ ਨੂੰ ਉਬਾਲ ਕੇ ਤਿਆਰ ਕਰਾਂਗੇ ਤੇ ਇਹਦੇ ਵਾਸਤੇ ਆਪਾਂ ਪਾਵਾਂਗੇ ਜੀ ਫਰਾਈ ਪੈਨ ਵਿੱਚ ਪਾਣੀ। ਤੇ ਪਾਣੀ ਨੂੰ ਇੱਕ ਉਬਾਲ ਆਉਣ ਦੇਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਨਿਊਟਰੀ ਨੂੰ। ਇੱਧਰ ਪਾਣੀ ਹੈ ਆਪਣਾ ਥੋੜਾ ਜਿਹਾ ਗਰਮ ਹੋ ਗਿਆ ਤੇ ਹੁਣ ਇੱਥੇ ਮੈਂ ਲਿਆ ਅੱਧਾ ਚਮਚ ਲਿਆ ਆਮਲਾ ਪਾਊਡਰ ਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰੀ ਚੰਗੀ ਤਰੀਕੇ ਨਾਲ ਆਪਾਂ ਪੀਸ ਕੇ ਤਿਆਰ ਕਰਕੇ ਇੱਕ ਡੱਬੀ 'ਚ ਪਾ ਕੇ ਆਪਾਂ ਤਿਆਰ ਕਰਕੇ ਰੱਖਿਆ ਹੋਇਆ। ਤੇ ਹੁਣ ਪਾਣੀ ਦੇ ਵਿੱਚ ਪਾ ਦੇਣੇ ਅੱਧਾ ਚਮਚ ਆਮਲਾ ਪਾਊਡਰ। ਇਹਦੇ ਨਾਲ ਜਿਹੜੇ ਆਪਣੀ ਨਿਊਟਰੀ ਆ ਕਾਲੀ ਹੋ ਜਾਏਗੀ ਤੇ ਨਾਲੇ ਥੋੜਾ ਜਿਹਾ ਖੱਟਾਪਣ ਨਿਊਟਰੀ ਦੇ ਵਿੱਚ ਆ ਜਾਏਗਾ ਆਮਲੇ ਪਾਊਡਰ ਦੇ ਨਾਲ। ਤੇ ਪਾਣੀ ਥੋੜਾ ਜਿਹਾ ਗਰਮ ਹੋ ਜਾਏਗਾ ਤੇ ਫਿਰ ਆਪਾਂ ਨਿਊਟਰੀ ਪਾਉਂਦੇ ਹਾਂ। ਨਿਊਟਰੀ ਨੂੰ ਆਪਾਂ ਸਾਫ਼ ਪਾਣੀ ਦੇ ਵਿੱਚ ਪਾ ਕੇ ਇਹਨੂੰ ਧੋ ਕੇ ਤੇ ਆਪਾਂ ਆਮਲੇ ਵਾਲੇ ਪਾਣੀ ਹੈ ਜਿਹੜਾ ਉਹਦੇ ਵਿੱਚ ਪਾਵਾਂਗੇ, ਕਿਉਂਕਿ ਆਮਲੇ ਵਾਲਾ ਪਾਣੀ ਹੈ ਜਿਹੜਾ ਆਪਾਂ ਗਰਮ ਰੱਖਿਆ ਹੋਇਆ ਇਹ ਆਪਾਂ ਸਬਜ਼ੀ ਵਿੱਚ ਵਰਤਾਂਗੇ। ਇੱਧਰ ਆਪਾਂ ਨਿਊਟਰੀ ਨੂੰ ਕਰ ਲੈਂਦੇ ਜੀ ਚੈੱਕ। ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਕਲਰ ਕਿੱਦਾਂ ਸੋਹਣਾ ਹੋ ਗਿਆ, ਕਾਲੀ ਕਾਲੀ ਹੋ ਗਈ ਬਿਲਕੁਲ ਤੇ ਨਿਊਟਰੀ ਵੀ ਆਪਣੀ ਬਿਲਕੁਲ ਸੌਫਟ ਹੋ ਗਈ ਆ। ਤੇ ਹੁਣ ਇਹਨੂੰ ਕੱਢ ਲੈਂਦੇ ਜੀ ਇੱਕ ਭਾਂਡੇ। ਤੜਕੇ ਵਾਸਤੇ ਪਹਿਲਾਂ ਪਾਵਾਂਗੇ ਸਭ ਤੋਂ ਤੇਲ। ਤੇਲ ਵੀ ਇੱਧਰ ਹੋ ਗਿਆ ਜੀ ਗਰਮ ਤੇ ਨਾਲ ਹੀ ਹੁਣ ਪਾ ਦਿੰਦੇ ਜੀ 1 ਚਮਚ ਜੀਰੇ ਦਾ। ਜੀਰੇ ਨੂੰ ਥੋੜ੍ਹੀ ਦੇਰ ਤੜਕਾ ਲਾਂਗੇ ਤੇ ਨਾਲ ਹੀ ਹੁਣ ਇੱਥੇ 1 ਗੰਢੀ ਲਈ ਆਪਾਂ ਲਸਣ ਦੀ ਬਰੀਕ ਕੱਟ ਕੇ ਤੇ ਲਸਣ ਨੂੰ ਆਪਾਂ ਬਿਲਕੁਲ ਚੰਗੀ ਤਰੀਕੇ ਨਾਲ ਭੁੰਨਾਂਗੇ। ਲਸਣ ਦਾ ਥੋੜ੍ਹਾ ਜਿਹਾ ਆਪਾਂ ਕਲਰ ਚੇਂਜ ਕਰਾਂਗੇ ਤੇ ਨਾਲ ਹੀ ਆਪਾਂ 2 ਇੱਥੇ ਲਏ ਨੇ ਬਰੀਕ ਕੱਟ ਕੇ ਮੀਡੀਅਮ ਸਾਈਜ਼ ਦੇ ਪਿਆਜ਼ ਤੇ 4-5 ਲਈਆਂ ਹਰੀਆਂ ਮਿਰਚਾਂ ਕੱਟ ਮਾਰ ਕੇ ਥੋੜ੍ਹੇ ਲੰਬੇ ਪੀਸ ਕਰ ਲਏ ਇਹਨਾਂ ਦੇ ਤੇ ਹੁਣ ਇਹਨੂੰ ਮਸਾਲੇ ਨੂੰ ਪਾ ਦਿੰਦੇ ਹਾਂ ਇਹਦੇ ਵਿੱਚ ਹੀ ਤੇ ਪਿਆਜ਼ਾਂ ਨੂੰ ਵੀ ਆਪਾਂ ਭੁੰਨ ਕੇ ਤੇ ਕਰਦੇ ਹਾਂ ਤਿਆਰ। ਇੱਥੇ ਮੈਂ ਥੋੜ੍ਹੀ ਜਿਹੀ ਨਿਊਟਰੀ ਕੁੱਟ ਕੇ ਰੱਖ ਦਰਦਰੀ ਕੁੱਟ ਕੇ ਤਿਆਰ ਕਰ ਲਈ ਹੈ ਕਿਉਂਕਿ ਇਹਨੂੰ ਪਾਉਣ ਨਾਲ ਗਰੇਵੀ ਹੈ ਜਿਹੜੀ ਥੋੜ੍ਹੀ ਜਿਹੀ ਸੰਘਣੀ ਹੋ ਜਾਏਗੀ ਤੇ ਇਹਨੂੰ ਥੋੜ੍ਹਾ ਜਿਹਾ ਕੋਸਾ ਪਾਣੀ ਪਾ ਦਾਂਗੇ ਆਪਾਂ ਤੇ ਇਹਨੂੰ ਭਿਓ ਕੇ ਰੱਖ ਦਿੰਦੇ ਹਾਂ ਤੇ ਮਸਾਲੇ ਦੇ ਵਿੱਚ ਇਹਨੂੰ ਭੁੰਨ ਲਾਂਗੇ ਚੰਗੇ ਤਰੀਕੇ ਨਾਲ। ਇਹੀ ਆਪਾਂ ਨਿਊਟਰੀ ਵਾਲਾ ਪਾਣੀ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਇਹ ਵਰਤਣਾ ਆਪਾਂ ਪਾਣੀ ਵਿੱਚ ਇਹਦੇ ਤੇ ਇਹ ਸਾਫ਼ ਹੈ ਤੇ ਇਹਨੂੰ ਹੁਣ ਆਪਾਂ ਭਿਓ ਕੇ 2-3 ਮਿੰਟ ਵਾਸਤੇ ਰੱਖ ਦਿੰਦੇ ਹਾਂ। ਇੱਧਰ ਮਸਾਲਾ ਵੀ ਆਪਣਾ ਤਿਆਰ ਹੋ ਗਿਆ, ਮਸਾਲਾ ਆਪਣਾ ਜਿਹੜਾ ਭੁੱਜ ਗਿਆ ਤੇ ਇੱਥੇ ਹੁਣ ਪਾਵਾਂਗੇ ਜੀ ਆਪਾਂ ਨਮਕ ਸਵਾਦ ਅਨੁਸਾਰ। ਥੋੜਾ ਜਿਹਾ ਪਾਵਾਂਗੇ, ਅੱਧਾ ਚਮਚ ਪਾਵਾਂਗੇ ਗਰਮ ਮਸਾਲਾ, ਅੱਧਾ ਚਮਚ ਹਲਦੀ ਪਾਊਡਰ ਤੇ 1 ਚਮਚ ਪਾਵਾਂਗੇ ਲਾਲ ਮਿਰਚ ਤੇ ਇਹਨਾਂ ਮਸਾਲਿਆਂ ਨੂੰ ਕਰ ਦਿੰਦੇ ਹਾਂ ਮਿਕਸ ਤੇ 1/2 ਚਮਚ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਤੇ ਮਸਾਲਿਆਂ ਨੂੰ ਹੁਣ ਭੁੰਨ ਲੈਂਦੇ ਹਾਂ ਇੱਕ ਵਾਰੀ ਤੇ ਮਸਾਲਾ ਆਪਣਾ ਤਿਆਰ ਹੋ ਗਿਆ ਬਿਲਕੁਲ। ਤੇ ਹੁਣ ਇੱਥੇ ਆਪਾਂ ਬਣਾਈ ਹੈ ਜੀ 3 ਟਮਾਟਰਾਂ ਦੀ ਪਿਊਰੀ ਬਣਾ ਕੇ ਤਿਆਰ ਕੀਤੀ ਹੈ ਤੇ ਇਹਨੂੰ ਵੀ ਆਪਾਂ ਮਸਾਲੇ ਦੇ ਵਿੱਚ ਪਾ ਕੇ ਤੇ ਹੁਣ ਪਾਣੀ ਸੁੱਕਦਾ, ਜਿੰਨੀ ਦੇਰ ਪਾਣੀ ਨਹੀਂ ਸੁੱਕਦਾ ਟਮਾਟਰਾਂ ਦਾ ਉਨੀ ਦੇਰ ਆਪਾਂ ਮਸਾਲੇ ਨੂੰ ਭੁੰਨਾਂਗੇ। ਮਸਾਲਾ ਚੰਗੀ ਤਰ੍ਹਾਂ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਸ ਮਸਾਲੇ ਦੇ ਵਿੱਚ ਪਾ ਦਾਂਗੇ ਜੀ ਆਪਣੀ ਨਿਊਟਰੀ ਜਿਹੜੀ ਭਿਓਂ ਕੇ ਰੱਖੀ ਸੀ।
ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜਿਹੜੀ ਆ ਹੁਣ ਆਪਾਂ ਕੁੱਟੀ ਹੋਈ ਹੈ ਨਿਊਟਰੀ ਪਾਈ ਆ, ਇਹਦੇ ਨਾਲ ਇਹ ਆ ਵੀ ਇਹ ਜਿਹੜੀ ਆਪਣੀ ਗਰੇਵੀ ਆ ਜਿਹੜੀ ਇਹ ਬਹੁਤ ਵਧੀਆ ਬਣਦੀ ਆ, ਥੋੜੀ ਸੰਘਣੀ ਹੋ ਜਾਂਦੀ ਆ। ਹੁਣ ਤੁਸੀਂ ਚਾਹੋ ਤੇ ਇਸ ਸਟੇਜ ਤੇ ਤੁਸੀਂ ਇਹਦੇ ਵਿੱਚ ਪਾਣੀ ਵੀ ਥੋੜਾ ਜਿਹਾ ਪਾ ਸਕਦੇ ਹੋ। ਹੁਣ ਪਾ ਦਾਂਗੇ ਜੀ ਆਪਾਂ ਪਾਣੀ, ਰੇਜਾ ਲਵਾ ਲਾਂਗੇ ਇੱਕ ਵਾਰੀ ਹੋਰ ਪਾਣੀ। ਮਸਾਲਾ ਆਪਣਾ ਹੋ ਗਿਆ ਜੀ ਬਿਲਕੁਲ ਤਿਆਰ, ਤੇ ਹੁਣ ਆਪਾਂ ਵਿੱਚ ਪਾ ਦਾਂਗੇ ਜੀ ਨਿਊਟਰੀ। ਕਰ ਲਾਂਗੇ 2 ਤੋਂ 3 ਮਿੰਟ ਆਪਾਂ ਹੋਰ ਨਿਊਟਰੀ ਨੂੰ ਚੰਗੀ ਤਰ੍ਹਾਂ ਪਕਾਵਾਂਗੇ, ਕਿਉਂਕਿ ਆਪਾਂ ਮਸਾਲੇ ਦੇ ਵਿੱਚ ਨਿਊਟਰੀ ਭੁੰਨੀ ਨਹੀਂ ਆਈ। ਹੁਣ ਭੁੱਜ ਜਾਏਗੀ ਤੇ ਫਿਰ ਉਸ ਤੋਂ ਬਾਅਦ ਆਪਣੀ ਨਿਊਟਰੀ ਦੀ ਸਬਜ਼ੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੋਏ। ਲਓ ਜੀ ਆਪਣੀ ਨਿਊਟਰੀ ਦੀ ਸਬਜ਼ੀ ਬਣ ਗਈ ਹੋਊਗੀ ਜੀ ਬਿਲਕੁਲ ਤਿਆਰ। ਤੇ ਹੁਣ ਆਪਾਂ ਇਹਦੇ ਪਾਵਾਂਗੇ ਦੀ ਇਹਦੇ ਵਿੱਚ ਥੋੜੇ ਜਿਹੇ ਪਾਵਾਂਗੇ ਲੱਛੇ ਪਿਆਜ਼ਾਂ ਦੇ, ਤੇ ਨਾਲ ਕੱਟਿਆ ਹੋਇਆ ਹਰਾ ਧਨੀਆ, ਤੇ ਨਾਲ ਹੀ ਇੱਥੇ 2 ਚਮਚ ਆਪਾਂ ਲਈ ਜੇ ਸੁੱਕੀ ਕਸਤੂਰੀ ਮੇਥੀ, ਜੋ ਕਿ ਮੇਥੀ ਤੋਂ ਬਿਨਾਂ ਜਿਹੜਾ ਨਿਊਟਰੀ ਦਾ ਸਵਾਦ ਆ ਉਹ ਅਧੂਰਾ। ਤੇ ਹੁਣ ਇਹਨਾਂ ਚੀਜ਼ਾਂ ਨੂੰ ਕਰ ਦਾਂਗੇ ਮਿਕਸ। ਤੁਸੀਂ ਗਰੇਵੀ ਹੈ ਜਿਹੜੀ ਸਬਜ਼ੀ ਦੀ ਆਪਣੀ ਲੋੜ ਮੁਤਾਬਕ ਤੁਸੀਂ ਵਧਾ ਘਟਾ ਵੀ ਸਕਦੇ ਹੋ। ਜੇ ਥੋੜ੍ਹੀ ਗਰੇਵੀ ਥੋੜ੍ਹੀ ਜਿਹੀ ਜ਼ਿਆਦਾ ਢਿੱਲੀ ਰੱਖਣੀ ਹੈ ਤਾਂ ਤੁਸੀਂ ਪਾਣੀ ਇੱਥੇ ਗਰਮ ਕਰਕੇ ਥੋੜ੍ਹਾ ਜਿਹਾ ਹੋਰ ਪਾ ਸਕਦੇ ਹੋ। ਚਲੋ ਜੀ ਆਪਣੀ ਸਬਜ਼ੀ ਹੋ ਗਈ ਨਿਊਟਰੀ ਦੇ ਬਿਲਕੁਲ ਤਿਆਰ। ਬੱਚਿਆਂ ਨੂੰ ਆਪਾਂ ਢਾਬੇ ਵਾਲਾ ਲੁੱਕ ਦੇਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਜਿਹੜਾ ਆਪਾਂ ਸਬਜ਼ੀ ਬਣਾਈ ਆ ਇਹਦੀ ਥੋੜ੍ਹੀ ਜਿਹੀ ਲਾਵਾਂਗੇ ਗਰੇਵੀ। ਥੋੜ੍ਹੀ ਗਰੇਵੀ ਲਾ ਕੇ ਸਬਜ਼ੀ ਦੇ ਨਾਲ ਇਹਦੀ ਬੈਕ ਸਾਈਡ ਤੇ ਵੀ ਥੋੜ੍ਹੀ ਜਿਹੀ ਲਾ ਦਾਂਗੇ। ਤੇ ਹੁਣ ਲਾਵਾਂਗੇ ਜੀ ਤਵੇ ਤੇ ਮੱਖਣ। ਇਹਨੂੰ ਕਰਾਂਗੇ ਚੰਗੀ ਤਰੀਕੇ ਨਾਲ ਗਰਮ। ਸੈਡ ਨੂੰ ਕਰ ਦਾਂਗੇ ਤੇਲ। ਲਓ ਜੀ ਆਪਣੇ ਕੁਲਚੇ ਹੋ ਗਏ ਬਣ ਕੇ ਬਿਲਕੁਲ ਤਿਆਰ। ਲਓ ਜੀ ਆਪਣੇ ਨਿਊਟਰੀ ਕੁਲਚੇ ਬਿਲਕੁਲ ਹੋ ਗਏ ਨੇ ਤਿਆਰ। ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜ਼ੀ ਆਪਣੀ ਜਿਹੜੀ ਬਣ ਕੇ ਤਿਆਰ ਹੋਈ ਆ। ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਸਬਜ਼ੀ ਤਿਆਰ ਹੋਈ ਆ ਆਪਣੀ। ਨਾਲ ਰੱਖਾਂਗੇ ਜੀ ਆਪਾਂ ਮੱਖਣ। ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।